ਸਸਿਕਲ ਪਿਆਰੇ ਵਿਦਿਆਰਥੀਓ ਮੈਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੋ ਜੋ ਅਪਰੈਂਟਸ਼ਿਪ ਲਾਈਨਮੈਨ ਦਾ ਜੋ ਐਗਜ਼ਾਮ 16 April 2023 ਨੂੰ ਕੰਡਕਟ ਕਰਵਾਇਆ ਗਿਆ ਸੀ ਉਸ ਦੀ ਅੱਜ ਆਨਸਰ ਕੀ ਪੀਐਸਪੀਸੀਲ ਦੀ ਆਫੀਸ਼ਲ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਔਰ ਜਿਹੜੇ ਕੈਂਡੀਡੇਟ ਇਸ ਦੇ ਨਾਲ ਸੰਬੰਧਿਤ ਹਨ ਜਿਨ੍ਹਾਂ ਨੇ 16 April 2023 ਨੂੰ ਐਗਜ਼ਾਮ ਦਿੱਤਾ ਸੀ ਉਹ ਆਪਣੀ ਆਨਸਰ ਕੀ ਜਿਹੜੀ ਹੈ ਚੈੱਕ ਕਰ ਸਕਦੇ ਐ ਤਾਂ ਇਸ ਵੀਡੀਓ ਵਿੱਚ ਅਸੀਂ ਇੱਕ ਸਟੂਡੈਂਟ ਦਾ ਜੋ ਆਨਸਰ ਸ਼ੀਟ ਹੈ ਉਹ ਉਹਨਾਂ ਕੋ ਆਨਸਰ ਸ਼ੀਟ ਲਈ ਹੈ ਜਿਨ੍ਹਾਂ ਦਾ ਨਾਮ ਤੁਸੀਂ ਦੇਖ ਸਕਦੇ ਗੁਰਵਾਜ ਸਿੰਘ ਔਰ ਉਹਨਾਂ ਦੀ ਜੋ ਐਗਜ਼ਾਮ ਡੇਟ 16 April 2023 ਔਰ ਅਪਰੈਂਟਸ਼ਿਪ ਲਾਈਨਮੈਨ ਟ੍ਰੇਡ ਦੇ ਵਿੱਚ ਹੀ ਔਰ ਇਹ ਜੋ ਐਗਜ਼ਾਮ ਦਾ ਜੋ ਸੈਸ਼ਨ ਬੈਚ ਸੀ 9 ਵਜੇ ਤੋਂ ਲੈ ਕੇ 11 ਵਜੇ ਤੱਕ ਸੀ ਔਰ ਇਸ ਦੀ ਜੋ ਆਨਸਰ ਕੀ ਹੈ ਆਮ ਅਪਲੋਡ ਕਰ ਦਿੱਤੀ ਗਈ ਮੀਨਸ ਕਿ ਜੋ 16 ਅਪ੍ਰੈਲ ਨੂੰ ਤਿੰਨ ਸੈਸ਼ਨ ਕੀਤੇ ਗਏ ਸੀ ਸਵੇਰ ਦਾ ਦੁਪਹਿਰ ਦਾ ਔਰ ਸ਼ਾਮ ਦਾ ਤਿੰਨਾਂ ਸੈਸ਼ਨ ਦੀ ਜਿਹੜੀ ਆਨਸਰ ਕੀ ਹੈ ਉਹ ਅਪਲੋਡ ਕਰ ਦਿੱਤੀ ਗਈ ਹੈ ਤੁਸੀਂ ਪੀਐਸ ਪੀਸੀਐਲ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹਨੂੰ ਡਾਊਨਲੋਡ ਕਰ ਸਕਦੇ ਹੋ ਔਰ ਇਸ ਵੀਡੀਓ ਦੇ ਮਾਧਿਅਮ ਰਹੀ ਜਿੰਨੇ ਵੀ ਕੈਂਡੀਡੇਟ ਇਸ ਚੈਨਲ ਦੇ ਨਾਲ ਜੁੜੇ ਸੀ ਉਹਨਾਂ ਨੇ ਆਪਣਾ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਚ ਕਮੈਂਟ ਕਰਨਾ ਹੈ ਕਿ ਤੁਹਾਡੇ ਕਿੰਨੇ ਕਿੰਨੇ ਨੰਬਰ ਜਿਹੜੇ ਆ ਇਸ ਜੋ ਆਨਸਰ ਕੀ ਦੇ ਵਿੱਚ ਕਿੰਨੇ ਕਿੰਨੇ ਨੰਬਰ ਜਿਹੜੇ ਆਏ ਆ ਤੁਹਾਡੇ ਔਰ ਤਾਂ ਕਿ ਸਾਨੂੰ ਥੋੜਾ ਆਈਡੀਆ ਲੱਗ ਜਾਏ ਕਿ ਜੋ ਜਿਹੜੀ ਮੈਰਿਟ ਹੈ ਆ ਪ੍ਰਿੰਟਸਿਪ ਲਾਈਨਮੈਨ ਦੀ ਜਿਹੜੀ ਮੈਰਿਟ ਹੈ ਉਹ ਕਿੰਨੇ ਇੱਕ ਨੰਬਰਾਂ ਤੱਕ ਜਿਹੜੀ ਹੈ ਉਹ ਜਾ ਸਕਦੀ ਹੈ ਤਾਂ ਇਸ ਲਈ ਸਾਰੇ ਨੂੰ ਇਹ ਗੁਜਾਰਿਸ਼ ਹੈ ਕਿ ਵੀਡੀਓ ਦੇਖ ਕੇ ਆਪਣਾ ਤੁਸੀਂ ਆਨਸਰ ਕੀ ਚੈੱਕ ਕਰਕੇ ਤੇ ਇਸ ਵੀਡੀਓ ਵਿੱਚ ਕਮੈਂਟ ਜਰੂਰ ਕਰਨਾ ਕਿ ਤੁਹਾਡੇ ਆਨਸਰ ਕੀ ਦੇ ਅਕੋਰਡਿੰਗ ਤੁਹਾਡੇ ਕਿੰਨੇ ਨੰਬਰ ਬਨੇ ਹਨ ਤੋ ਇਹ ਵੀਡੀਓ ਦਾ ਮੇਨ ਮਕਸਦ ਇਹ ਹੀ ਹੈ ਕਿ ਤੁਸੀਂ ਅਗਰ ਸਾਰੇ ਦੱਸ ਦਿਓ ਕਿ ਸਾਡੇ ਟੈਸਟ ਵਿੱਚੋਂ ਇੰਨੇ ਨੰਬਰ ਆਏ ਹਨ ਅਕੋਰਡਿੰਗ ਟੂ ਆਨਸਰ ਕੀ ਤੇ ਇੱਕ ਅਸੀਂ ਇੱਕ ਆਈਡੀਆ ਲਗਾ ਸਕਦੇ ਹਾਂ ਕਿ ਜਿਹੜੀ ਅ ਪ੍ਰਿੰਸਿਪਲ ਲਾਈਨਮੈਨ ਦੀ ਜਿਹੜਾ ਐਗਜ਼ਾਮ ਹੋਇਆ ਸੀ ਇਸ ਦੀ ਜਿਹੜੀ ਮੈਕਸਿਮਮ ਮੈਰਿਟ ਜਿਹੜੀ ਹੈ ਕਿੱਥੋਂ ਤੱਕ ਜਾ ਸਕਦੀ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਇਸ ਦੇ ਵਿੱਚ ਪਹਿਲਾ ਕੁਐਸਚਨ ਹੈ ਕਿ ਵਾਟ ਇਜ਼ ਦਾ ਯੂਨਿਟ ਆਫ ਫ੍ਰੀਕੁਐਂਸੀ ਤੇ ਫ੍ਰੀਕੁਐਂਸੀ ਦਾ ਜਿਹੜਾ ਯੂਨਿਟ ਹੈ ਉਹ ਕੀ ਹੈ तो इस कैंडीडेट ने जो करैक्ट ऑप्शन चूज की है वो है जी हार्टस और इसका जो करैक्ट आंसर भी सही है तो इसका जोड़ा एक नंबर जरा काउंट हो गया उस तो बाद दूसरा क्वेश्चन देख सकते हो जो स्टूडेंट ने चूज की ऑप्शन फोर्टी फाइव डिग्री लेकिन इस जी ऑप्शन है राइट right ऑप्शन है एक सौ अस्सी डिग्री है तो इस कारण जो सैकेंड क्वेश्चन है ਉਹ ਗਲਤ ਆ ਗਿਆ 3rd ਕੁਐਸਚਨ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਦੱਸਿਆ ਕਿ ਇੱਕ ਬਦਲਦੀ ਬਦਲਦੀ ਧਾਰਾ ਕਰੰਟ ਜਿਹਨੂੰ ਅਸੀਂ ਅਲਟਰਨੇਟਿੰਗ ਕਰੰਟ ਕਹਿੰਦੇ ਆ ਸਿਰਫ ਕੰਡਕਟਰ ਦੀ ਸਤ੍ਹਾ ਦੇ ਨੇੜੇ ਕੇਂਦਰਿਤ ਹੋਣ ਦੀ ਪ੍ਰਵਿਰਤੀ ਜਿਹੜੀ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਜੀ ਸਕਿਨ ਇਫੈਕਟ ਇਹ ਇਜ਼ ਦਾ ਜੋ ਹੈ ਰਾਈਟ ਆਨਸਰ ਹੈ ਲੇਕਿਨ ਜੋ ਸਟੂਡੈਂਟ ਨੇ অপਸ਼ਨ ਚੂਜ਼ ਕੀਤੀ ਹੈ ਉਹ ਬਲੂ ਪੈਨ ਦੇ ਨਾਲ ਹੈ ਔਰ ਜੋ ਸੀ ਰਾਈਟ ਆਪਸ਼ਨ ਹੈ ਉਹ ਗ੍ਰੀਨ ਕਲਰ ਦੇ ਵਿੱਚ ਹੈ ਜਿਵੇਂ ਤੁਸੀਂ ਨੈਕਸਟ ਕੁਐਸਚਨ ਨੰਬਰ 4th ਵਿੱਚ ਦੇਖ ਸਕਦੇ ਹੋ ਇਸ ਦੇ ਵਿੱਚ ਹੈ ਕਿ ਪਾਵਰ ਫੈਕਟਰ ਆਫ ਡਾਇਰੈਕਟ ਕਰੰਟ ਆਲਵੇਜ਼ ਕੀ ਹੁੰਦਾ ਹੈ ਔਰ ਇਸ ਦਾ ਕਰੈਕਟ ਆਪਸ਼ਨ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜੋ ਸਟੂਡੈਂਟ ਨੇ ਸਿਲੈਕਟ ਕੀਤਾ ਹੈ ਔਰ ਇਸ ਦਾ ਜੋ ਕਰੈਕਟ ਆਨਸਰ ਵੀ ਸੇਮ ਹੀ ਹੈ ਔਰ ਇਸ ਤਰ੍ਹਾਂ ਤੁਸੀਂ ਜਿਹੜੇ ਆਪਣੇ ਆਨਸਰ ਕੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਔਰ ਜਿਹੜਾ ਤੁਸੀਂ ਆਪਸ਼ਨ ਚੂਜ਼ ਕੀਤੇਦੇ ਉਹ ਬਲੂ ਕਲਰ ਦੇ ਵਿੱਚ ਹੈ ਔਰ ਜਿਹੜਾ ਰਾਈਟ ਆਨਸਰ ਹੈ ਉਹ ਤੁਹਾਡਾ ਗ੍ਰੀਨ ਕਲਰ ਦੇ ਵਿੱਚ ਦਿੱਤਾ ਹੈ ਔਰ ਤੁਸੀਂ ਆਪਣੇ ਜਿਹੜੇ ਆਨਸਰ ਹੈ ਉਹ ਚੈੱਕ ਕਰ ਸਕਦੇ ਹੋ ਅਗਰ ਕਿਸੇ ਨੂੰ ਕੋਈ ਕੁਐਸਚਨ ਦੇ ਵਿੱਚ ਇਤਰਾਜ਼ ਹੈ ਤਾਂ ਉਹ ਵੀ ਆਪਣਾ ਜਿਹੜਾ ਇਤਰਾਜ਼ ਜਿਹੜਾ ਉਹ ਐਡ ਕਰ ਸਕਦਾ ਜਦੋਂ ਤੁਸੀਂ ਇਸ ਦਾ ਲਿੰਕ ਓਪਨ ਕਰਦੇ ਹੋ ਤੋਂ ਸਟਾਰਟਿੰਗ ਤੋਂ ਪਹਿਲਾਂ ਆਉਂਦਾ ਕਿ ਅਗਰ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਤੁਹਾਡੇ ਆਨਸਰ ਦੇ ਵਿੱਚ ਅਗਰ ਕੋਈ ਤੁਸੀਂ ਇਤਰਾਜ਼ ਦੱਸਦੇ ਹੋ ਕਿ ਇਹ ਜਿਹੜਾ ਕੁਐਸਚਨ ਗਲਤ ਹੈ ਉਹ ਤੁਸੀਂ ਆਪਣਾ ਇਤਰਾਜ਼ ਵੀ ਜਿਹੜਾ ਅਕੋਰਡਿੰਗ ਟੂ ਜੋ ਪੀਐਸ ਪੀਸੀ ਨੇ ਸਟਾਰਟਿੰਗ ਦੀ ਇਨਸਟਰਕਸ਼ਨ ਦਿੱਤੀ ਦੀ ਹੈ ਉਹ ਇਨਸਟਰਕਸ਼ਨ ਨੂੰ ਤੁਸੀਂ ਪੜ੍ਹ ਕੇ ਆਪਣਾ ਜਿਹੜਾ ਇਤਰਾਜ਼ ਵੀ ਜਿਹੜਾ ਉਹ ਪੜ੍ਹ ਸਕਦੇ ਹੋ ਤਾਂ ਇਹ ਜਿਆਦਾ ਤੋਂ ਜਿਆਦਾ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਬਸ ਇਹੀ ਗੁਜ਼ਾਰਿਸ਼ ਹੈ ਕਿ ਆਪਣੇ ਤੁਸੀਂ ਨਾ ਨੰਬਰ ਉਹ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਚ ਜਰੂਰ ਕਮੈਂਟ ਕਰਕੇ ਦੱਸਨੇ ਹੈ ਕਿ ਸਾਡੇ ਜਿਹੜੇ ਨੰਬਰ ਹੈ ਉਹ ਕਿੰਨੇ ਬਨੇ ਅਕੋਰਡਿੰਗ ਟੂ ਆਨਸਰ ਕੀ ਤੋਂ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜਰੂਰ ਕਰਨਾ ਧੰਨਵਾਦ ਜੈ ਹਿੰਦ